ਭਾਬੀ ਵੀ ਆ ਗਈ ਭਾਬੀ ਰਣਜੀਤ ਕੌਰ ਚੁੰਮਿਆਂ ਵਾਲੀ ਨਵੀਂ ਰੈਸਪੀ ਲੈ ਕੇ ਰਸੋਈ ਘਰ ਦੇ ਵਿੱਚ ਅੱਜ ਤੁਹਾਨੂੰ ਬਣਾਉਣਾ ਸਿਖਾਉਗੀ ਰੋਟੀ ਐਗ ਰੋਲ ਕਿੱਦਾਂ ਬਣਦਾ ਵਾ ਠੀਕ ਹੈ ਨਾ ਅਤੇ ਇੱਧਰ ਦੇਖ ਲਓ ਘਰਾਂ ਆਹ ਦੋ ਅੰਡੇ ਲੈ ਕੇ ਆਉਂਦੇ ਆ ਪਿਆਜ਼ ਹਰੀਆਂ ਮਿਰਚਾਂ ਇੱਕ ਰੋਟੀ ਇਹ ਮੈਂ ਆਪਦੇ ਹੱਥੇ ਬਣਾਉਣੀ ਆ ਕਿਸੇ ਨੂੰ ਨਹੀਂ ਅੱਜ ਬਣਾ ਕੇ ਦੇਣੀ ਠੀਕ ਹੈ ਨਾ ਅਤੇ ਲਓ ਜੀ ਇੱਧਰ ਦੇਖ ਲਓ ਖਾਲੀ ਗਲਾਸ ਆ ਇਹਦੇ ਵਿੱਚ ਪਾਓ ਮਿਰਚਾਂ ਹਰੀਆਂ ਪਿਆਜ਼ ਸਾਰੇ ਪਾਉਣੇ ਆ ਪਿਆਜ਼ ਠੀਕ ਹੈ ਨਾ ਲਓ ਜੀ ਸਾਰੇ ਪਿਆਜ਼ ਪਾ ਕੇ ਜਿਹਨੇ ਜਿਹਨੇ ਖਾਣਾ ਵਾ ਅਤੇ ਮੇਰੇ ਕੋਲ ਆ ਸਕਦੇ ਆ ਅਤੇ ਆਪਦੇ ਹਿਸਾਬ ਨਾਲ ਤੁਸੀਂ ਪਾਉਣਾ ਨਮਕ ਸ਼ਮਕ ਠੀਕ ਹੈ ਨਾ ਅਤੇ ਚੰਗੀ ਤਰ੍ਹਾਂ ਨਾ ਉਹਨੂੰ ਹਿਲਾਉਣਾ ਵਾ ਲਓ ਜੀ ਦੇਖੋ ਇੱਧਰ ਚੰਗੀ ਤਰ੍ਹਾਂ ਕਰਤਾ ਮਿਕਸ ਕਰਨਾ ਵਾ ਚੰਗੀ ਤਰ੍ਹਾਂ ਚੱਕ ਦੇਣੇ ਹੱਟੇ ਆਪਾਂ ਨੱਪ ਦੇਣੇ ਆ ਕਿੱਲੀ ਸਵਾ ਜਲੰਧਰ ਸ਼ਾਮ ਨੂੰ ਲੁਧਿਆਣੇ ਆ ਜਾਣਾ ਵਾ ਠੀਕ ਹੈ ਨਾ ਜਿਹਨੇ ਜਿਹਨੇ ਖਾਣਾ ਵਾ ਇੱਧਰ ਤੇ ਤਵਾ ਆਪਣਾ ਗਰਮ ਹੋ ਗਿਆ ਵਾ ਉੱਤੇ ਪਾ ਦਿੰਦੇ ਆਪਾਂ ਘਿਓ ਇੱਕ ਰੋਲ ਨੀ ਇੱਕ ਰੋਟੀ ਆ ਗਈ ਜਿੰਦੇ ਦੀ ਬੋਟੀ ਓਏ ਆ ਜਾਓ ਜਿਹਨੇ ਖਾਣੀ ਆ ਇੱਕ ਰੋਟੀ ਓਏ ਆ ਬੈਠੀ ਆ ਮੇਰੀ ਬੋਟੀ ਬੱਲੇ ਬੱਲੇ ਕਰਾਤੀ ਲਓ ਜੀ ਤਵਾ ਆਪਣਾ ਗਰਮ ਹੋ ਗਿਆ ਘਿਓ ਉੱਤੇ ਪਾ ਦਿੱਤਾ ਆਪਾਂ ਠੀਕ ਹੈ ਨਾ ਤੇ ਹੁਣ ਲਪਾਉਣ ਲੱਗੇ ਆਪਾਂ ਇੱਕ ਰੋਲ ਲਓ ਜੀ ਆਂਡਾ ਬਣ ਜੂਗੀ ਵਧੀਆ ਜੀ ਆਮਲੇਟ ਠੀਕ ਹੈ ਨਾ ਉਦੋਂ ਬਾਅਦ ਚ ਪਾਉਣੀ ਤੁਸੀਂ ਰੋਟੀ ਰੱਖਣੀ ਉੱਪਰ ਠੀਕ ਹੈ ਨਾ ਚੰਗੀ ਤਰ੍ਹਾਂ ਲਓ ਜੀ ਦੇਖ ਲਓ ਕਿੱਦਾਂ ਬਣਦਾ ਵਾ ਠੀਕ ਹੈ ਨਾ ਇਹ ਹੁਣ ਰੱਖ ਦਿੰਦੇ ਆਪਾਂ ਰੋਟੀ ਲਓ ਜੀ ਬਣ ਗਿਆ ਰੋਟੀ ਰੋਟੀ ਹਾਂਜੀ ਬੱਲੇ ਬੱਲੇ ਕਰਾਤੀ ਭਾਬੀ ਰਣਜੀਤ ਕੌਰ ਨੇ ਔਰ ਮੈਨੂੰ ਦੇਸਾਂ ਵਿਦੇਸਾਂ ਦੇ ਵਿੱਚੋਂ ਫੋਨ ਆਉਂਦੇ ਨੇ ਕੈਨੇਡਾ ਤੋਂ ਅਮਰੀਕਾ ਤੋਂ ਅਤੇ ਨਿਊਜ਼ੀਲੈਂਡ ਤੋਂ ਕਹਿੰਦੇ ਭਾਅ ਜੀ ਬਹੁਤ ਸੋਹਣੀਆਂ ਰੈਸਪੀਆਂ ਬਣਾਉਂਦੀ ਆ ਭਾਬੀ ਰਣਜੀਤ ਕੌਰ ਔਰ ਕੁਝ ਦਿਨ ਲਈ ਸਾਡੇ ਕੋਲ ਵੀ ਭੇਜੋ ਅਮਰੀਕਾ ਕੈਨੇਡਾ ਸਾਨੂੰ ਰੈਸਪੀਆਂ ਸਿਖਾ ਕੇ ਜਾਊਗੀ ਮੈਂ ਕਿਹਾ ਨਹੀਂ ਇਹ ਤਾਂ ਤੁਹਾਨੂੰ ਹੀ ਆਉਣਾ ਪੈਣਾ ਲੁਧਿਆਣੇ ਠੀਕ ਹੈ ਨਾ ਜੇ ਸਿੱਖਣੀਆਂ ਵਾ ਕਿ ਨਹੀਂ ਰੈਸਪੀਆਂ ਨਵੀਆਂ ਨਵੀਆਂ ਔਰ ਜਿੱਦਾਂ ਕਹਿਣ ਦੇ ਮਤਲਬ ਆਪਾਂ ਨੂੰ ਕੰਮ ਤੋਂ ਦੇਰ ਹੁੰਦੀ ਆ ਆਪਾਂ ਕੀ ਕਰਨਾ ਵਾ ਅਤੇ ਆਂਡੇ ਲਿਆਉਣੇ ਆ ਇੱਦਾਂ ਹੀ ਰੋਟੀ ਰੱਖਣੀ ਆ ਇੱਦਾਂ ਹੀ ਬਣਾ ਕੇ ਆਪਾਂ ਔਰ ਰੋਟੀ ਇੱਕ ਰੋਲ ਖਾ ਲੈਣਾ ਨਾਲ ਚਾਹ ਦੇ ਫਿਰ ਚੁੱਪ ਕਰਕੇ ਕੰਮ ਨੂੰ ਤੁਰ ਪੈਣਾ ਕਿ ਨਹੀਂ ਹਾਂਜੀ ਹਾਂ ਜਿੱਦਾਂ ਜਿੱਦਾਂ ਭਾਬੀ ਬਣਾਉਂਦੀ ਏਦਾਂ ਹੀ ਤੁਸੀਂ ਬਣਾਉਣਾ ਵਾ ਤੇ ਆਹ ਮਾਰਦਾ ਪਲਟਾ ਕਿ ਨਹੀਂ ਹੁਣ ਆਪਾਂ ਕਰ ਦਿੰਦੇ ਗੈਸ ਬੰਦ ਠੀਕ ਹੈ ਲਓ ਜੀ ਗੈਸ ਕਰਤੀ ਆਪਾਂ ਬੰਦ ਤੇ ਆਹ ਰੱਖ ਦਿੱਤਾ ਇੱਕ ਰੋਲ ਠੀਕ ਹੈ ਲਓ ਜੀ ਇੱਧਰ ਦੇਖ ਲਓ ਸੌਸ ਠੀਕ ਹੈ ਨਾ ਆਪਾਂ ਪਾਉਣ ਲੱਗਿਆ ਸੌਸ ਰੋਟੀ ਇੱਕ ਰੋਲ ਤੇ ਲਓ ਜੀ ਦੇਖੋ ਕਰਾਂ ਠੀਕ ਹੈ ਨਾ ਇੱਦਾਂ ਪਾ ਲਓ ਕਈ ਵਾਰੀ ਬੱਚੇ ਨਹੀਂ ਖਾਂਦੇ ਗੇ ਤੇ ਠੀਕ ਹੈ ਨਾ ਇੱਦਾਂ ਖਾ ਲੈਂਦੇ ਆ ਬੱਚੇ ਲਓ ਜੀ ਸੌਸ ਆਪਾਂ ਪਾਤੀ ਆ ਹੁਣ ਚਮਚੇ ਨਾਲ ਨੂੰ ਫੁਲਾ ਲੈਣਾ ਠੀਕ ਹੈ ਨਾ ਇੱਦਾਂ ਕਰਕੇ ਠੀਕ ਹੈ ਨਾ ਲਓ ਜੀ ਹੁਣ ਬਣ ਗਿਆ ਆਪਣਾ ਰੋਟੀ ਐਗ ਰੋਲ ਤੇ ਇੱਦਾਂ ਕਰ ਲਓ ਇਹਨੂੰ ਆ ਲਓ ਜੀ ਰੋਟੀ ਐਗ ਰੋਲ ਠੀਕ ਹੈ ਨਾ ਹਾਏ ਹਾਏ ਆਪਾਂ ਬਣਾਈ ਆ ਮਾਂ ਛੋਲਿਆਂ ਦੀ ਦਾਲ ਤੇ ਉਹਦੇ ਨਾਲ ਖਾਣਾ ਵਾ ਐਗ ਰੋਲ ਠੀਕ ਹੈ ਨਾ ਪਰ ਮੈਨੂੰ ਖਾ ਲੈਂਦੇ ਹਾਂ ਕੋਈ ਨਾ ਖਾ ਲੈਣਾ ਲਓ ਜੀ ਭਾਬੀ ਨੇ ਬਣਾਇਆ ਵਾ ਰੋਟੀ ਇੱਕ ਰੋਲ ਉਹ ਵੀ ਮਹਾਸੋਨਿਆਂ ਦੀ ਦਾਲ ਨਾਲ ਖਾਣਾ ਵਾ ਉਹ ਵੀ ਭਾਬੀ ਰਣਜੀਤ ਕੌਰ ਨੇ ਖਾਣਾ ਅਸੀਂ ਨਹੀਂ ਖਾਣਾ ਸਾਡੇ ਲਈ ਉਹਨੇ ਬਣਾਇਆ ਨਹੀਂ ਉਹ ਕਹਿੰਦੀ ਮੈਂ ਇਕੱਲੀ ਨੇ ਖਾਣਾ ਵਾ ਅਤੇ ਮੈਂ ਹੀ ਮਿਹਨਤ ਕਰੀ ਆ ਠੀਕ ਹੈ ਨਾ ਰੋਟੀ ਇੱਕ ਰੋਲ 'ਤੇ ਮੈਂ ਕੋਈ ਨਹੀਂ ਬਈ ਤੂੰ ਹੀ ਖਾ ਲਾ ਮੈਂ ਤਾਂ ਬੇਟਾ ਤਾਂ ਮੇਰਾ ਜਾ ਕੇ ਜੀਆ ਲਾਲ ਦੇ ਢਾਬੇ 'ਤੇ ਕੁਛ ਤਾਂ ਕੁ ਖਾਇਆ ਵਾ ਕਿ ਨਹੀਂ ਹਾਂ ਪਰੌਂਠੇ ਹਾਂ ਆ ਲੈ ਪਿਆਰ ਨਿਸਾਨੀ ਸੱਲਾ
ਨਾ ਆਲੇ ਪਿਆਰ ਨਸਾਨੀ ਸੱਲਾ ਮੋੜੀ ਨਾ ਟੁੱਟੇ ਦਿਲ ਨੀ ਜੁੜਦੇ ਅੜੀਏ ਤੋੜੀ ਨਾ। ਜਦੋਂ ਸਾਨੂੰ ਰੋਟੀ ਇੱਕ ਰੋਲ ਨਹੀਂ ਖਵਾਊਗੀ ਵੀ ਸਾਡੇ ਦਿਲ ਟੁੱਟਣਗੇ ਕਿ ਨਹੀਂ, ਐ ਕਰੀ ਨਾ ਕੁਛ ਤੂੰ ਖਵਾ ਲਈ ਕੁਛ ਸਾਨੂੰ ਖਵਾ ਦੀ, ਠੀਕ ਆ ਨਾ। ਹਾਂ ਮੇਰਾ ਇੱਕ ਨਾ ਕੀ ਬਣਨਾ ਵਾ ਰੋਟੀ ਇੱਕ ਰੋਲ ਨਾ। ਦੇਖੋ ਮੇਰਾ ਬੇਟਾ ਤਾਂ ਖਾਂਦਾ ਨਹੀਂ ਹੈਗਾ, ਮੈਂ ਹੀ ਖਾਂਦਾ ਵਾਂ, ਉਹਦੇ ਲਈ ਮੈਂ ਆਪਾਂ ਕੋਈ ਹੋਰ ਚੀਜ਼ ਲਿਆ ਕੇ ਦੇ ਦਾਂਗੇ ਕਿ ਨਹੀਂ। ਤੂੰ ਪਰ ਆਪਣਾ ਦੋਨਾਂ ਦਾ ਸਰਨਾ ਨਹੀਂਗਾ। ਚੰਗਾ ਫਿਰ ਤੂੰ ਹੀ ਖਾ ਲਾ ਭਰਾਵਾ, ਤੇਰਾ ਹੀ ਢਿੱਡ ਭਰਨਾ ਚਾਹੀਦਾ ਕਿਉਂ ਬਈ। ਹਾਂਜੀ ਹਾਂ, ਹਜੇ ਤਾਂ ਦਿਓਰ ਨਾਨਦਾ ਨੂੰ ਕਹਿੰਦੀ ਆ ਜਾਓ ਆ ਜਾਓ ਆ ਜਾਓ ਫਟਾਫਟ ਆ ਕੇ ਇੱਕ ਰੋਲ ਖਾ ਲਓ। ਉਹ ਬੱਲੇ ਬੱਲੇ ਰਣਜੀਤ ਕੌਰ ਨੱਚਦੀ ਫੀਰੇ, ਬੱਲੇ ਬੱਲੇ ਰਣਜੀਤ ਕੌਰ ਨੱਚਦੀ ਫੀਰੇ, ਰਣਜੀਤ ਕੌਰ ਦੇ ਦਿਓਰ ਦਾ ਵਿਆਹ ਮੈਂ ਕਿਆ ਆਇਆ, ਰਣਜੀਤ ਕੌਰ ਨੱਚਦੀ ਫੀਰੇ। ਆ ਜਿਹੜਾ ਸਾਹਮਣੇ ਬੈਠਾ ਨੇ ਇਹਦਾ ਦਿਓਰ ਆ, ਇਹਦਾ ਕੱਲ ਨੂੰ ਵਿਆਹ ਵਾ ਕਿ ਨਹੀਂ। ਹਾਂਜੀ ਰਣਜੀਤ ਕੌਰ ਨੇ ਵੀ ਜਾਣਾ ਨੱਚਣ ਲਈ। ਹਾਂਜੀ ਅੱਜ ਮੇਰੀ ਮੰਮੀ ਨੇ ਬਣਾਇਆ ਰੋਟੀ ਐਗ ਰੋਲ, ਤੁਹਾਨੂੰ ਰੈਸਪੀ ਕਿੱਦਾਂ ਦੀ ਲੱਗੀ ਪਲੀਜ਼ ਤੁਸੀਂ ਕਮੈਂਟਾਂ ਵਿੱਚ ਜ਼ਰੂਰ ਦੱਸਣਾ। ਹੰਸ ਪਰਿਵਾਰ ਵੱਲੋਂ ਸਾਰੇ ਲਵ ਯੂ, ਟਰੱਕ ਭਰ ਕੇ ਅੱਖਾਂ ਚੁੰਮਿਆਂ ਦਾ।